ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਵਿਧਾਨ ਸਭਾ ਪੱਧਰ ਦੇ ਉੱਤੇ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਕੇਡਰ ਨੂੰ ਲਾਮਬੰਦ ਕਰਨ ਦੇ ਲਈ ਰੋਜ਼ ਇਹ ਪ੍ਰੋਗਰਾਮ ਚੱਲ ਰਹੇ ਆ। ਤੁਹਾਡੇ ਤੋਂ ਪਹਿਲਾਂ ਮੈਂ ਭਦੌੜ ਹਲਕੇ ਸੀ, ਹੁਣ ਮੈਂ ਤੁਹਾਡੇ ਕੋਲ ਹੈ। ਕੱਲ੍ਹ ਸਵੇਰੇ ਜਿਹੜਾ ਲੰਘ ਗਿਆ, 15 ਤਰੀਕ ਮੈਂ ਸਵੇਰੇ ਜਲੰਧਰ ਸੀ ਔਰ ਸ਼ਾਮ ਨੂੰ ਬੰਗਾ ਵਿਧਾਨ ਸਭਾ, 14 ਤਰੀਕ ਨੂੰ ਮੈਂ ਤਲਵੰਡੀ ਸਾਬੋ ਸੀ। ਕੱਲ੍ਹ ਨੂੰ ਜਿਹੜਾ ਆਉਣ ਵਾਲਾ ਦਿਨ ਹੈ, ਮੈਂ ਮਾਨਸਾ ਜ਼ਿਲ੍ਹੇ ਦਾ ਬਢਲਾਡਾ ਹਲਕੇ ਦੇ ਵਿੱਚ ਹੋਣਾ ਆ ਔਰ 18-19 ਮੇਰੀ ਦਿੱਲੀ ਆ, ਭੈਣ ਕੁਮਾਰੀ ਮਾਇਆਵਤੀ ਜੀ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਹੈ। 21 ਤਰੀਕ ਨੂੰ ਲੁਧਿਆਣਾ ਆ, 22 ਤਰੀਕ ਨੂੰ ਮੇਰਾ ਇਸੇ ਫਿਰ ਇਸੇ ਹੀ ਪਾਰਲੀਮੈਂਟ ਦੇ ਵਿੱਚ ਸੁਨਾਮ ਅਤੇ ਦਿੜਵਾ, ਦੋ ਅਲੱਗ ਅਲੱਗ ਪ੍ਰੋਗਰਾਮ ਅਸੈਂਬਲੀ ਵਾਈਜ਼। 23, 24, 25 ਮੇਰੀ 3 ਦਿਨ ਲਗਾਤਾਰ ਮਾਝੇ ਦੇ ਜਿਹੜੇ 5-6 ਜ਼ਿਲ੍ਹੇ ਆ ਉਹਨਾਂ ਦੇ ਜ਼ਿਲ੍ਹੇ ਵਾਈਜ਼ ਮੇਰੀਆਂ ਮੀਟਿੰਗਾਂ ਹੈਗੀਆਂ। ਇੱਦਾਂ ਮੈਂ ਪੂਰੇ ਪੰਜਾਬ 'ਚ ਵਿੱਚ ਬਹੁਜਨ ਸਮਾਜ ਪਾਰਟੀ ਆਪਣੇ ਕੇਡਰ ਨੂੰ ਸਰਗਰਮ ਕਰਨ ਲਈ ਲਗਾਤਾਰ ਮੀਟਿੰਗਾਂ ਕਰ ਰਹੀ ਹਾਂ। ਕੱਲ੍ਹ ਭੈਣ ਕੁਮਾਰੀ ਮਾਇਆਵਤੀ ਜੀ ਨੇ ਇੰਡੀਆ ਗਠਬੰਧਨ ਦੇ ਉੱਤੇ ਟਿੱਪਣੀ ਕੀਤੀ ਔਰ NDA ਗਠਬੰਧਨ ਦੇ ਉੱਤੇ ਟਿੱਪਣੀ ਕੀਤੀ। ਕੱਲ੍ਹ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ, ਉਹਨਾਂ ਦਾ 68ਵਾਂ ਜਨਮ ਦਿਨ ਸੀ। ਉਸ ਮੌਕੇ 'ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਦੇਸ਼ ਪੱਧਰ ਦੇ ਵਿੱਚ ਨਾ ਅਸੀਂ ਇੰਡੀਆ ਗਠਬੰਧਨ ਨਾਲ ਜਾਵਾਂਗੇ, ਨਾ ਅਸੀਂ NDA ਗਠਬੰਧਨ ਨਾਲ ਜਾਵਾਂਗੇ, ਅਸੀਂ ਇਕੱਲੇ ਲੋਕ ਸਭਾ ਚੋਣ ਲੜਾਂਗੇ। ਇਹ ਬਿਆਨ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਨੇ ਪਿਛਲੇ ਸਾਲ ਵੀ ਦਿੱਤਾ ਸੀ, ਲਗਾਤਾਰ ਉਹ ਦਿੰਦੇ ਆਏ, ਆਪਣਾ ਸਟੈਂਡ ਸਪਸ਼ਟ ਰੱਖਿਆ ਆ। ਇਹਦੇ ਪੈਰਲਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਬੰਧਨ ਜਿਹੜਾ ਆ ਉਹ ਚੱਲ ਰਿਹਾ ਆ। ਕੱਲ੍ਹ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦਾ ਵੀ ਬਿਆਨ ਮੀਡੀਆ ਦੇ ਵਿੱਚ ਨਸ਼ਰ ਹੋਇਆ ਔਰ MLA ਸਾਹਿਬ ਜਿਹੜੇ ਪੰਜਾਬ ਦੇ ਇੰਚਾਰਜ ਵੀ ਆ ਉਹਨਾਂ ਦਾ ਵੀ ਬਿਆਨ ਨਸ਼ਰ ਹੋਇਆ। ਫਿਰ ਵੀ ਜੇ ਕੋਈ ਸਵਾਲ ਪੰਜਾਬ ਦਾ, ਪੰਜਾਬ ਦੀ ਰਾਜਨੀਤੀ ਨੂੰ ਗੱਠਜੋੜ ਨੂੰ ਲੈ ਕੇ ਬਚ ਜਾਂਦਾ ਆ ਤਾਂ 18 ਤਰੀਕ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਯੂਨਿਟ ਦੀ ਸਾਡੀ ਜਿਹੜੀ ਅਸੀਂ ਮੀਟਿੰਗ ਜਿਹੜੀ ਆ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਨੇ ਦਿੱਲੀ ਬੁਲਾਈ ਆ, ਅਸੀਂ ਜਾਵਾਂਗੇ ਚੰਦ ਸਾਥੀ ਔਰ ਜੇਕਰ ਕੋਈ ਨਵੀਂ ਗੱਲ ਹੋਈ ਤਾਂ ਜ਼ਰੂਰ ਉਹ 18 ਸ਼ਾਮ ਨੂੰ ਤੁਹਾਨੂੰ ਦੱਸਾਂ। ਇੱਕ ਪਾਸੇ ਸਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀ ਗੱਲ ਚਰਚਾ ਚਾਵਤ ਚੱਲ ਰਹੀਆਂ ਨੇ, ਦੂਜੇ ਪਾਸੇ ਬਸਪਾ ਨਾਲ ਗੱਠਜੋੜ, ਕੀ ਲੱਗਦਾ ਕਿ ਉੱਧਰ ਗੱਠਜੋੜ ਹੁੰਦਾ ਅਤੇ ਫਿਰ ਇੱਧਰ ਗੱਠਜੋੜ ਦਾ ਫਰਕ ਪੈ ਜਾਂਦਾ? ਦੇਖੋ, ਮੈਂ ਇਸ ਮੁੱਦੇ ਦੇ ਉੱਤੇ ਬੇਬਾਕੀ ਦੇ ਨਾਲ ਟਿੱਪਣੀ ਕੀਤੀ ਸੀ ਜਿਹੜੀ ਕਿ ਇੱਕ ਪੋਲੀਟੀਸ਼ਨਰ ਨੂੰ ਨਹੀਂ ਕਰਨੀ ਚਾਹੀਦੀ। ਮੈਂ ਕਿਹਾ ਸੀ ਕਿ ਦੋ ਘਰਾਂ ਦਾ ਪ੍ਰਾਹੁਣਾ ਜਿਹੜਾ ਆ ਉਹ ਭੁੱਖਾ ਰਹਿ ਜਾਂਦਾ ਆ ਔਰ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਵੀ ਡੁੱਬ ਜਾਂਦਾ। ਅੱਜ ਮੈਂ ਨਵੀਂ ਟਿੱਪਣੀ ਕਰ ਦਿੰਦਾ। ਇਸ ਟਿੱਪਣੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਸਾਡੇ ਨਾਲ ਰਾਬਤਾ ਹੋਇਆ ਸੀ, ਉਹਦੇ ਵਿੱਚ ਇਹ ਵੀ ਗੱਲ ਮੀਡੀਆ 'ਚ ਆ ਚੁੱਕੀ ਆ। ਉਹਨਾਂ ਨੇ ਬਕਾਇਦਾ ਇਹ ਗੱਲ ਕਿਹਾ ਕਿ ਸਾਡੇ ਕੁਛ ਹਰਜੇਵੇਂ ਰਹੇ ਆ, ਅਸੀਂ 20 ਤੋਂ ਬਾਅਦ ਜਿਹੜੀ ਆ ਮੀਟਿੰਗ ਕਰਾਂਗੇ ਔਰ ਤਾਲਮੇਲ ਕਰਕੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਦੇ ਵਿੱਚ ਉਹਨਾਂ ਨੇ ਆਪਣੀ ਇੱਛਾ ਵਿਅਕਤ ਕੀਤੀ ਕਿ ਅਸੀਂ ਤੁਹਾਡੇ ਨਾਲ ਹੀ ਚੋਣ ਲੜ ਕੇ ਇਹ ਚੋਣ ਲੋਕ ਸਭਾ ਦੀ ਲੜਨੀ ਚਾਹੁੰਦੇ ਹਾਂ। ਅਸੀਂ ਇਹ ਸਾਰੀ ਗੱਲ 18 ਤਰੀਕ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਅੱਗੇ ਰੱਖਾਂਗੇ। ਮੈਂ ਦੱਸਿਆ ਕਿ ਮੇਰੇ ਬਿਆਨਬਾਜ਼ੀ ਜਦੋਂ ਮੈਂ ਕੀਤੀ ਸੀ ਪੰਜਾਬ ਦੇ ਲੋਕਾਂ ਨੂੰ, ਪੰਜਾਬ ਜਾਣਕਾਰੀ ਦਿੱਤੀ ਸੀ ਕਿ ਚੱਲ ਕਿਆ ਰਿਹਾ। ਉਸ ਤੋਂ ਬਾਅਦ ਮੈਨੂੰ ਸ਼੍ਰੀ ਦਲਜੀਤ ਚੀਮਾ ਜੀ ਦਾ ਫੋਨ ਆਇਆ ਸੀ, ਉਹਨਾਂ ਨੇ ਮੈਨੂੰ 14 ਤਰੀਕ ਨੂੰ ਸੱਦਾ ਵੀ ਦਿੱਤਾ ਸੀ ਮੁਕਤਸਰ ਰੈਲੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਲੇਕਿਨ ਉਹ ਸੱਦਾ 13 ਤਰੀਕ ਨੂੰ ਸੀ ਅਤੇ ਇਸ ਕਰਕੇ ਮੈਂ ਆਪਣੀ ਅਸਮਰੱਥਾ ਜ਼ਾਹਰ ਕੀਤੀ ਔਰ ਉਹਨਾਂ ਦੇ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੀ ਕਿ ਜੇ ਤੁਸੀਂ ਜਾਣਾ ਆ ਤਾਂ ਬਹੁਜਨ ਸਮਾਜ ਪਾਰਟੀ ਤੁਹਾਡੇ ਜਾਣ 'ਤੇ ਵੀ ਤੁਹਾਨੂੰ ਕਦੀ ਵੀ ਇੰਟੈਰੋਗੇਟ ਔਰ ਆਲੋਚਨਾ ਨਹੀਂ ਕਰੇਗੀ।
ਹਰ ਪਾਰਟੀ ਨੂੰ ਆਪਣਾ ਭਵਿੱਖ ਸੋਚਣ ਦਾ, ਚੰਗਾ ਭਵਿੱਖ ਸੋਚਣ ਦਾ ਅਧਿਕਾਰ ਵਾ। ਪਰ ਬਹੁਜਨ ਸਮਾਜ ਪਾਰਟੀ ਇਹ ਕਹਿਣਾ ਚਾਹੁੰਦੀ ਆ ਕਿ ਜਿਸ ਧਰਤੀ 'ਤੇ ਅਸੀਂ ਜਾਏ ਹਾਂ, ਇਹ ਦਸ਼ਮੇਸ਼ ਪਿਤਾ ਦੀ ਧਰਤੀ ਆ, ਪੰਥ ਦੀ ਧਰਤੀ ਆ, ਜਿੱਥੇ ਗੰਗੂ ਨੂੰ ਨਹੀਂ ਗੁਰੂ ਦੇ ਗਰੀਬ ਸਿੱਖਾਂ 'ਤੇ ਕਲਗੀ ਦੀ ਗੱਲ ਹੋਈ ਆ। ਜੇ ਅਕਾਲੀ ਦਲ ਚਾਹੁੰਦਾ ਆ ਕਿ ਉਹ ਗੰਗੂ ਦੇ ਚਰਨੀ ਲੱਗਣਾ ਆ, ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਜਾਇਆ ਜਾਵੇ ਕਿ ਗਰੀਬ ਸਿੱਖਾਂ ਨੂੰ ਛੱਡ ਕੇ ਅਸੀਂ ਹੁਣ ਇਸ ਦੇਸ਼ ਦੇ ਵਿੱਚ ਜਿਹੜਾ ਗੰਗੂਵਾਦ ਲੈ ਕੇ ਚੱਲ ਰਹੀ ਭਾਰਤੀ ਜਨਤਾ ਪਾਰਟੀ ਉਹਦੇ ਨਾਲ ਚੱਲੇ ਹਾਂ। ਪਰ ਅਕਾਲੀ ਦਲ ਨੇ ਜੋ ਮੈਨੂੰ ਫੋਨ ਦੇ ਉੱਤੇ ਉਹਨਾਂ ਦਾ ਜਿਹੜਾ ਆਇਆ ਸਪਸ਼ਟੀਕਰਨ, ਉਹਨਾਂ ਨੇ ਇਹ ਸਪਸ਼ਟ ਗੱਲ ਮੇਰੇ ਨਾਲ ਫੋਨ 'ਤੇ ਕੀਤੀ ਆ ਕਿ ਅਸੀਂ ਬਹੁਜਨ ਸਮਾਜ ਪਾਰਟੀ ਨਾਲ ਇਲੈਕਸ਼ਨ ਲੜਨਾ ਚਾਹੁੰਦੇ ਹਾਂ। ਬਹੁਜਨ ਸਮਾਜ ਪਾਰਟੀ ਦੇ ਵਰਕਰ ਸਮਰਥਕ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਦੇਸ਼ਾਂ 'ਚ ਬੱਝੇ ਹੋ ਆ। ਬਹੁਜਨ ਸਮਾਜ ਪਾਰਟੀ ਦਾ ਵਰਕਰ ਔਰ ਲੀਡਰ ਔਰ ਕੇਡਰ ਵੋਟਰ ਕਦੀ ਵੀ ਇਸ ਗੱਲ ਤੋਂ ਬਾਹਰ ਨਹੀਂ ਜਾਂਦਾ ਕਿ ਸਾਡੀ ਕਿਆ ਇੱਛਾ ਆ। ਉਹਨਾਂ ਨੇ ਹਮੇਸ਼ਾ ਹੀ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ 'ਤੇ ਭਰੋਸਾ ਕੀਤਾ ਆ। ਜੋ ਵੀ ਉਹ ਦੇਸ਼ ਕਰਨਗੇ ਉਹ ਤਾਂ ਮਤਲਬ ਉਹਨੂੰ ਭੰਗੜਾ ਪਾਉਂਦੇ ਹੋਏ ਮੰਨਣਗੇ ਵਰਕਰ।